14 ਅਗਸਤ ਨੂੰ ਪਿੰਡ ਗੁਰਦਾਸ ਨੰਗਲ ਤੋਂ ਲਾਪਤਾ ਹੋਏ ਦੀਪਕ ਸ਼ਰਮਾ ਨਾਮ ਦਾ ਬੱਚਾ 6ਵੇਂ ਦਿਨ ਮੰਗਲਵਾਰ ਨੂੰ ਮਿਲ ਗਿਆ। ਦੱਸਦੇ ਪੂਰੇ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਬੱਚਾ ਅੰਮ੍ਰਿਤਸਰ ਤੋਂ ਬਰਾਮਦ ਹੋਇਆ। ਨਿਊਜ਼ ਫਲੈਸ਼ ਹੁੰਦੇ ਹੀ ਪੂਰੇ ਪਾਸੇ ਇਹ ਬੱਚੇ ਦੀ ਚਰਚਾ ਹੋਣ ਲੱਗ ਪਈ, ਜਿਸ ਦੇ ਕਾਰਨ ਦਰਬਾਰ ਸਾਹਿਬ ਇਹ ਬੱਚੇ ਨੂੰ ਜਿਹੜਾ ਹੈ ਉਹ ਦੇਖਿਆ ਗਿਆ। ਦੱਸਦੇ ਜਾਣਕਾਰੀ ਦੇ ਮੁਤਾਬਿਕ ਬੱਚੇ ਨੂੰ ਨਿਹੰਗ ਸਿੰਘ ਨੇ ਆਪਣੇ ਕੋਲ ਬਿਠਾ ਕੇ ਉਸ ਤੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਬੱਚਾ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਧਾਰੀਵਾਲ ਦੀ ਪੁਲਿਸ ਨੇ ਬੱਚਾ ਮਾਪਿਆਂ ਦੇ ਕੋਲ ਸਹੀ ਸਲਾਮਤ ਪਹੁੰਚਾ ਦਿੱਤਾ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਂ ਪਿਓ ਨੇ ਇਹ ਕਿਹਾ ਹੈ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਕਿ ਅਸੀਂ ਪੂਰੀ ਤਰ੍ਹਾਂ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਸਾਡੀ ਬਹੁਤ ਜ਼ਿਆਦਾ ਮਦਦ ਜਿਹੜੀ ਹੈ ਉਹ ਪੁਲਿਸ ਅਤੇ ਮੀਡੀਆ ਨੇ ਕੀਤੀ ਹੈ। ਇਸ ਫੈਸਲੇ ਵਿੱਚ SHO ਧਾਰੀਵਾਲ ਦੇ DSP ਜਿਹੜੇ ਨੇ ਕੁਲਵੰਤ ਸਿੰਘ ਹੋਣਾ ਦਾ ਵੀ ਉਹਨਾਂ ਨੇ ਬਹੁਤ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਕਿਹਾ ਹੈ ਸਾਡਾ ਬੱਚਾ ਲੱਭਣ ਦੇ ਵਿੱਚ ਸਾਨੂੰ ਪੂਰੀ ਮਦਦ ਕੀਤੀ ਹੈ ਤੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਦੂਜੇ ਪਾਸੇ DSP ਧਾਰੀਵਾਲ ਕੁਲਵੰਤ ਸਿੰਘ ਨੇ ਬੱਚੇ ਦੀ ਬਰਾਮਦਗੀ ਦੀ ਸਾਰੀ ਕਹਾਣੀ ਮੀਡੀਆ ਸਾਹਮਣੇ ਪੇਸ਼ ਕੀਤੀ ਹੈ। ਅਸੀਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ, SHO ਮੈਡਮ ਦਾ, DSP ਦਾ, ਜਿਨ੍ਹਾਂ ਨੇ ਬਹੁਤ ਮਿਹਨਤ ਦੇ ਨਾਲ ਸਾਡਾ ਬੱਚਾ ਬਰਾਮਦ ਕਰਕੇ ਦਿੱਤਾ। ਇੰਨਾ ਕੋਈ ਵੀ ਨਹੀਂ ਕਰਦਾ ਜਿੰਨਾ ਇਹਨਾਂ ਨੇ ਸਾਡਾ ਸਾਥ ਦਿੱਤਾ। ਹਰ ਦੁੱਖ ਸੁੱਖ ਦੇ ਅੱਗੇ ਰਾਤ ਦੇ 10-10 ਵਜੇ ਤੱਕ 2-2, 3-3 ਚੱਕਰ ਮਾਰਦੇ ਰਹੇ। ਅਸੀਂ ਬਹੁਤ ਇਹਨਾਂ ਦਾ ਦਿਲੋਂ ਧੰਨਵਾਦੀ ਕਰਦੇ ਹਾਂ ਕਿ ਜਿਹੜਾ ਸਾਡਾ ਬੱਚਾ ਵਾਪਸ ਮਿਲ ਗਿਆ ਹੈ। DSP ਸਾਹਿਬ, ਮੈਡਮ ਜੀ ਨੇ ਵੀ ਬਹੁਤ, SHO ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ। ਸਾਡੇ ਕੋਲ ਆਉਣ ਜਾਣ ਦਾ ਕਿਰਾਇਆ ਵੀ ਸੀ ਨਹੀਂ ਹੈਗਾ, ਉਹਨਾਂ ਨੇ ਸਾਨੂੰ ਪੈਸਿਆਂ ਦੀ ਮਦਦ ਕੀਤੀ। ਸਾਡੇ ਫੋਨ ਬੰਦ ਸੀ, ਉਹਨਾਂ ਨੇ ਜਿਹੜਾ ਫੋਨ ਆ ਸਾਡਾ ਲੁਧਿਆਣੇ ਰਹਿ ਗਿਆ ਸੀ, ਇਹਨਾਂ ਨੇ ਉਸੇ ਵੇਲੇ 1 ਘੰਟੇ ਦੇ ਵਿੱਚ ਹੀ ਸਾਡਾ ਨਵਾਂ ਨੰਬਰ ਚਾਲੂ, ਪੁਰਾਣਾ ਨੰਬਰ ਚਾਲੂ ਕਰਾ ਤਾ ਵੀ ਸ਼ਾਇਦ ਤੁਹਾਡਾ ਬੇਟਾ ਉਸ ਨੰਬਰ ਤੇ ਤੁਹਾਨੂੰ ਫੋਨ ਕਰੇ, ਤੁਹਾਨੂੰ ਕੋਈ ਮੈਸੇਜ ਆਏ। ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਜਲੰਧਰ ਵੀ ਜਾ ਕੇ ਦੇਖੋ, ਜਿੱਥੇ ਤੁਸੀਂ ਜਾਂਦੇ ਜੇ ਉੱਥੇ ਵੀ ਜਾ ਕੇ। ਮੈਂ ਸ਼ਨੀਵਾਰ ਚਲਾ ਗਿਆ ਸੀ, ਰਾਤ ਉੱਥੇ ਰਿਹਾ, ਸਾਰੇ ਉੱਥੇ ਵੇਖਿਆ ਵੀ ਕਿਤੇ ਲੋਸਮੈਂਟ ਹੀ ਕਰਾਈ। ਜਿੰਨੇ ਉੱਥੇ ਮੁਲਾਜ਼ਮ ਸੀ ਉਹਨਾਂ ਨੂੰ ਸਾਰਿਆਂ ਨੂੰ ਫੋਟੋਆਂ ਦੇ ਕੇ ਆਇਆ। ਜਲੰਧਰ ਬੱਸ ਸਟੈਂਡ ਤੇ, ਰੇਲਵੇ ਜਿਹੜਾ ਚੌਂਕੀ ਪੈਂਦੀ ਹੈ ਬੱਸ ਸਟੈਂਡ ਦੇ ਅੰਦਰ, ਉਹਨਾਂ ਨੂੰ ਵੀ ਫੋਟੋ ਦਿੱਤੀ। ਮੈਂ ਜਿੱਥੋਂ ਵੀ ਤੁਹਾਨੂੰ ਕੋਈ ਸੰਪਰਕ ਲੱਗੇ SHO ਧਾਰੀਵਾਲ ਸਾਹਿਬ ਮੈਡਮ ਨੂੰ ਸੰਪਰਕ ਜ਼ਰੂਰ ਕਰਿਓ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਭਾਈ। ਲੋਕੇ ਜਿੰਨਾ ਮਰਜ਼ੀ ਗੱਲਾਂ ਕਰਦੇ ਰਹਿਣ ਵੀ ਪੁਲਿਸ ਵਾਲੇ ਇੱਦਾਂ ਉੱਦਾਂ ਨੇ, ਪਰ ਅਸੀਂ ਸਾਨੂੰ ਪਤਾ ਵੀ ਜਿੰਨਾ ਸਾਡਾ ਉਹਨਾਂ ਸਾਥ ਦਿੱਤਾ ਵਾ, ਪਰਮਾਤਮਾ ਦਾ ਵੀ ਸ਼ੁਕਰੀਆ ਕਰਦੇ, ਉਹਨਾਂ ਦਾ ਵੀ, ਮੈਡਮ ਹੋਣਾ ਦਾ ਵੀ ਸ਼ੁਕਰੀਆ ਕਰਦੇ ਜਿਨ੍ਹਾਂ ਦੇ ਦੁਆਵਾਂ ਸਦਕਾ ਸਾਡਾ ਬੱਚਾ ਸਾਨੂੰ ਹਵਾਲੇ ਕਰ ਦਿੱਤਾ, ਇਹ ਸਾਡਾ ਬੇਟਾ। ਇਹਨਾਂ ਗੁਰਦਾਸ ਨੰਗਲ ਪਿੰਡ ਥਾਣੇ ਧਾਰੀਵਾਲ 'ਚ ਆ, ਇਹ 14 ਤਰੀਕ ਨੂੰ ਨਾ ਘਰੋਂ ਚਲੇ ਗਿਆ ਸੀਗਾ ਅਤੇ ਸਾਨੂੰ ਇਹਦੀ ਇੰਟੀਮੇਸ਼ਨ 15 ਤਰੀਕ ਨੂੰ ਮਿਲੀ। ਇੱਕ ਬੱਚੇ ਦੀ ਏਜ ਛੋਟੀ ਸੀਗੀ, 11 ਸਾਲ ਹੀ, ਅਤੇ ਜਦੋਂ ਫਿਰ ਸਾਨੂੰ ਇਹਦੇ ਬਾਰੇ ਪਤਾ ਲੱਗਾ, ਸਭ ਤੋਂ ਪਹਿਲਾਂ ਤਾਂ FIR ਲੌਂਚ ਕੀਤੀ। ਉਸ ਤੋਂ ਬਾਅਦ ਨਾਲ ਦੀ ਨਾਲ ਹੀ ਅਸੀਂ ਫਿਰ ਆਪਣੀਆਂ ਟੀਮਾਂ ਬਣਾ ਕੇ ਅਤੇ ਮਤਲਬ ਇਹਦੀ ਭਾਲ ਸ਼ੁਰੂ ਕਰ ਦਿੱਤੀ। ਸਾਰੇ ਜੋ ਕੈਮਰੇ ਵਗੈਰਾ ਅਤੇ ਜਿੱਥੇ ਦਾ ਸੋਸ਼ਲ ਮੀਡੀਆ 'ਤੇ ਇਹਦੇ ਅਸੀਂ ਇਸ਼ਤਿਹਾਰ ਵਗੈਰਾ ਸਾਰੇ ਜਾਰੀ ਕੀਤੇ ਅਤੇ ਅੱਜ ਸਾਨੂੰ ਉਹਦੇ 'ਚ ਕਾਮਯਾਬੀ ਮਿਲੀ ਹੈ ਕਿ ਬੱਚੇ ਨੂੰ ਅਸੀਂ ਰਿਕਵਰ ਕਰ ਲਿਆ। ਇੱਥੋਂ ਚਲੇ ਗਿਆ ਸੀਗਾ ਜੀ ਅੰਮ੍ਰਿਤਸਰ, ਦਰਬਾਰ ਸਾਹਿਬ, ਫਿਰ ਕਿਉਂਕਿ ਅਸੀਂ ਉੱਥੇ ਸਾਰੇ ਸਾਡੀਆਂ ਟੀਮਾਂ ਗਈਆਂ ਸੀ, ਸਾਨੂੰ ਪਤਾ ਸੀਗਾ ਕਿ ਇੱਥੇ ਇੱਥੇ ਜਿੱਥੇ ਜਿੱਥੇ ਚਲੋ ਕੋਈ ਵੀ ਆ ਜਾਂਦੇ ਆ, ਦਰਬਾਰ ਸਾਹਿਬ ਮੋਸਟਲੀ ਜਾਂਦੇ ਆ, ਉੱਥੇ ਅਸੀਂ ਕੰਟੈਕਟ ਕਰਕੇ ਆਏ ਸੀਗੇ ਅਤੇ ਉੱਥੋਂ ਫਿਰ ਸਾਨੂੰ ਉਹਨਾਂ ਦਾ ਇੰਟੀਮੇਸ਼ਨ ਆਈ ਕਿ ਇੱਦਾਂ ਇੱਦਾਂ ਜਿਹੜਾ ਆ ਬੱਚਾ ਵਾ, ਅਤੇ ਜਿਹਦੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਅਤੇ ਉਹ ਉੱਥੇ ਸੀਗਾ, ਉੱਥੋਂ ਫਿਰ ਆਪਾਂ ਰਿਕਵਰ ਕੀਤਾ। ਕਾਰਨ ਤਾਂ ਇਹਨਾਂ ਦੇ ਐਕਚੁਅਲੀ ਪੇਰੈਂਟਸ ਜਿਹੜੇ ਆ ਨਾ ਉਹ ਰਹਿੰਦੇ ਆ ਲੁਧਿਆਣੇ, ਅਤੇ ਬੱਚਾ ਇੱਥੇ ਆਪਣੇ ਦਾਦਾ ਅਤੇ ਤਾਇਆ ਜੀ ਨੇ, ਸਿਰਫ ਦੋਨੇ ਉਹ ਘਰ 'ਚ ਨੇ, ਉਹਨਾਂ ਦੇ ਕੋਲ ਰਹਿੰਦਾ ਸੀਗਾ ਜੀ। ਅਤੇ ਕੁਛ ਉਹ ਮਤਲਬ ਤੁਹਾਨੂੰ ਪਤਾ ਜੀ, ਪੇਰੈਂਟਸ ਤੋਂ ਬਿਨਾਂ ਤਾਂ ਕਿਹੜਾ ਕੋਈ ਕੇਅਰ ਕਰਦਾ, ਅਤੇ ਉਹਦੇ ਮਨ 'ਚ ਬੱਚਾ ਕੋਈ ਗੱਲਾਂ ਗੁੱਲਾਂ ਉਹ ਕਰਦੇ ਹੋਣਗੇ ਆਈਆਂ, ਅਤੇ ਉਸ ਦੇ ਕਰਕੇ ਉਹ ਇੱਥੋਂ ਚਲੇ ਗਿਆ। ਇੱਥੋਂ ਬੱਸ ਸਟੈਂਡ ਪਹੁੰਚਿਆ ਜੀ ਗੁਰਦਾਸਪੁਰ,
ਤੇ ਈ ਰਿਕਸ਼ਾ ਲਿਆ ਜਾ ਕੇ ਕੋਈ ਲਿਫਟ ਲਈ, ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਜਾ ਕੇ ਬੱਸ ਸਟੈਂਡ, ਉਸ ਤੋਂ ਬਾਅਦ ਇਹਨੇ ਫਿਰ ਉੱਥੋਂ ਰਿਕਸ਼ਾ ਲਿਆ ਕੇ ਅਤੇ ਦਰਬਾਰ ਸਾਹਿਬ ਚਲੇ। ਦੇਖੋ ਜੀ, ਬੱਚੇ ਨੂੰ ਤਾਂ ਆਪਾਂ ਵੀ ਸਾਰੇ ਸਮਾਜ 'ਚ ਹੀ ਰਹਿੰਦੇ ਹਾਂ ਜੀ, ਸਾਰੇ ਪੇਰੈਂਟਸ ਜਾਂ ਬੱਚੇ ਨੂੰ ਆਪਾਂ ਜੇ ਇੰਨਾ ਛੱਡਾਂਗੇ, ਪਿਛਲੇ 2 ਸਾਲ ਤੋਂ ਇੱਥੇ ਰਹਿ ਰਿਹਾ ਸੀ ਲਗਾਤਾਰ, ਠੀਕ ਹੈ ਜੀ। ਇਹ ਤਾਂ ਮਤਲਬ ਇਹਨਾਂ ਦੀ ਚਲੋ ਨਲਾਇਕੀ ਵੀ ਕਹਿਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਦਾ ਮਾਹੌਲ ਤੁਹਾਨੂੰ ਪਤਾ ਹੀ ਹੈ, ਕੋਈ ਜੇ ਸਾਨੂੰ ਤਾਂ ਇੱਕ ਡਰ ਵੀ ਹੁੰਦਾ ਕਿ ਕਿਹੋ ਕੋਈ ਮਾੜੇ ਅੰਸਰ ਦੇ ਕੋਈ ਉਹਨਾਂ ਦੇ ਹੱਥੇ ਚੜ੍ਹ ਗਏ ਅਤੇ ਇਹ 'ਚ ਬੜੀ ਪ੍ਰੋਬਲਮ ਪੈਂਦੀ ਬਾਅਦ 'ਚੋਂ। ਅਤੇ ਇਹੀ ਅਪੀਲ ਹੈ ਕਿ ਆਪਣੇ ਬੱਚੇ ਨੇ ਕੇਅਰ ਕਰੋ, ਵੱਧ ਤੋਂ ਵੱਧ ਉਹਨਾਂ ਨੂੰ ਦੇਖੋ, ਉਹਨਾਂ ਦਾ ਵੈਲਫੇਅਰ ਦੇਖੋ। ਦੇਖੋ ਜੀ, ਇਹ ਜਦੋਂ ਹੀ ਇਨਫੋਰਮੇਸ਼ਨ ਸਾਡੇ ਕੋਲ ਆਈ ਅਤੇ SSP ਸਾਹਿਬ ਨਾਲ ਸ਼ੇਅਰ ਕੀਤੀ ਗਈ, ਅਤੇ ਉਹਨਾਂ ਨੇ ਉਸ ਪੁਆਇੰਟ ਤੋਂ ਹੀ ਮਤਲਬ ਇਹਨੂੰ ਬੜਾ ਉਹਨੇ ਕਿਹਾ ਵੀ ਸੀਰੀਅਸਲੀ ਅਤੇ ਪਰਸਨਲੀ ਲੈ ਕੇ ਇੱਥੇ ਕੰਮ ਕਰੋ। ਸਾਡੀ ਧਾਰੀਵਾਲ ਥਾਣੇ 'ਚ ਅਸੀਂ ਜੋ ਟੀਮਾਂ 3-4 ਇੱਥੇ ਇਹਨਾਂ ਦੀਆਂ ਟੀਮਾਂ ਸੀਗੀਆਂ, ਸਪੈਸ਼ਲ ਬ੍ਰਾਂਚ ਦੀ ਟੀਮ ਇੱਧਰੋਂ ਬਟਾਲਾ ਸਾਈਡ, ਗੁਰਦਾਸਪੁਰ ਦੇ ਕੈਮਰੇ, ਈਵਨ ਪਠਾਨਕੋਟ ਵੀ ਜਾ ਕੇ ਅਸੀਂ ਬੱਸ ਸਟੈਂਡ, ਰੇਲਵੇ ਸਟੇਸ਼ਨਸ 'ਤੇ ਸਾਰੇ ਕੈਮਰੇ ਚੈੱਕ ਕੀਤੇ। ਅਤੇ ਮੈਂ ਮਤਲਬ SHO ਧਾਰੀਵਾਲ ਨੇ, ਸਪੈਸ਼ਲ ਬ੍ਰਾਂਚ ਇੰਚਾਰਜ ਰਾਜਕੁਮਾਰ ਜੀ, ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਦੀ ਟੀਮ ਨੇ, ਅਤੇ ਸਾਨੂੰ ਇਹ 'ਚ ਜਿਹੜੀ ਹੈ ਸਕਸੈਸ ਮਿਲੀ। ਸਰ, ਬੱਚਾ ਹੁਣ ਕਿਵੇਂ, ਮਾਂ ਬਾਪ ਨੂੰ ਤੁਸੀਂ ਕਰਤਾ ਸਪੋਰਟ? ਹਾਂਜੀ, ਉਹ ਜੋ ਵੀ ਆਪਣੇ